ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡਾ ਆਪਣਾ ਦੀਪਕ ਤੇ ਪੇਸ਼ ਆ ਅੱਜ ਦੀਆਂ ਖਬਰਾਂ। ਅੱਜ ਜੈ ਹਿੰਦ ਸੇਵਾ ਕਲੱਬ ਵੱਲੋਂ ਜੈ ਹਿੰਦ ਸਪੋਰਟਸ ਅਵਾਰਡ 2019 ਤਹਿਤ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵੱਲੋਂ ਖਿਡਾਰੀਆਂ ਨੂੰ ਸਨਮਾਨ ਚਿੰਨ, ਸਰਟੀਫਿਕੇਟ ਅਤੇ ਪ੍ਰਾਈਜ਼ ਮਨੀ ਚੈੱਕ ਭੇਟ ਕੀਤੇ ਗਏ, ਜਿੱਥੇ ਜੈ ਹਿੰਦ ਸਪੋਰਟਸ ਅਵਾਰਡ ਤਹਿਤ ਜੈ ਹਿੰਦ ਸੇਵਾ ਕਲੱਬ ਹਰ ਸਾਲ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਉੱਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ ਕਰਦਾ ਹੈ। ਉੱਥੇ ਹੀ ਸਨਮਾਨ ਸਮਾਰੋਹ ਦੌਰਾਨ ਰਾਸ਼ਟਰੀ ਪੱਧਰ ਉੱਤੇ ਜੁਡੋ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਚਿਰਾਗ ਸ਼ਰਮਾ, ਸਾਗਰ ਸ਼ਰਮਾ ਅਤੇ ਹਰਪ੍ਰੀਤ ਸਿੰਘ ਦੇ ਨਾਂ ਨਾਲ BCCI ਟੂਰਨਾਮੈਂਟ ਵਿੱਚ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੇ ਅਦਿੱਤਿਆ ਮਾਰਸ਼ਲ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੀ SD ਕਾਲਜ ਫਾਰ ਵੂਮੈਨ ਦੀ ਵਾਲੀਬਾਲ ਟੀਮ ਜੋ ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ ਪਹਿਲੇ ਸਥਾਨ 'ਤੇ ਰਹੀ, ਉਸਦਾ ਵੀ ਸਨਮਾਨ ਕੀਤਾ ਗਿਆ। ਉੱਥੇ ਇਸ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਕਿਹਾ ਕਿ ਗੁਰਦਾਸਪੁਰ ਦੇ ਖਿਡਾਰੀ ਸਪੋਰਟਸ ਦੇ ਖੇਤਰ ਵਿੱਚ ਵਧੀਆ ਮੱਲਾਂ ਮਾਰ ਰਹੇ ਹਨ, ਜਿਵੇਂ ਜੁਡੋ, ਕ੍ਰਿਕਟ, ਵਾਲੀਬਾਲ, ਜਿਮਨਾਸਟਿਕ ਸ਼ਾਮਿਲ ਹਨ। ਉੱਥੇ ਹੀ ਉਹਨਾਂ ਨੇ ਕਿਹਾ ਕਿ ਬੜੇ ਮਾਣ ਦੀ ਗੱਲ ਹੈ, ਪੰਡਿਤ ਮੋਹਨ ਲਾਲ SD ਕਾਲਜ ਫਾਰ ਵੂਮੈਨ ਦੀ ਵਾਲੀਬਾਲ ਦੀਆਂ ਖਿਡਾਰਨਾਂ ਨੇ ਡ੍ਰੀਮ ਸਿਟੀ ਜਿੱਤਿਆ ਹੈ। ਇਸੇ ਪ੍ਰਕਾਰ ਹੀ BCCI ਕ੍ਰਿਕਟ ਵਿੱਚ ਕ੍ਰਿਕਟ ਦਾ ਖਿਡਾਰੀ ਵੀ ਇੰਟਰਨੈਸ਼ਨਲ ਲੈਵਲ 'ਤੇ ਖੇਡ ਕੇ ਆਇਆ ਹੈ ਅਤੇ ਜੁਡੋ ਦੇ 3 ਖਿਡਾਰੀਆਂ ਨੇ ਕਾਮਨਵੈਲਥ ਵਿੱਚ ਵਧੀਆ ਪਰਫੋਰਮੈਂਸ ਦਿੱਤੀ ਹੈ ਅਤੇ ਹੋਰ ਕਈ ਬੱਚਿਆਂ ਨੇ ਯੂਨੀਅਰ ਅਤੇ ਨੈਸ਼ਨਲ ਲੈਵਲ 'ਤੇ ਵਧੀਆ ਖੇਡ ਦਿਖਾਈ ਹੈ ਨੂੰ ਅੱਜ ਜੈ ਹਿੰਦ ਸੇਵਾ ਕਲੱਬ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਜੈ ਹਿੰਦ ਸੇਵਾ ਕਲੱਬ ਦੇ ਅਹੁਦੇਦਾਰ, ਜੁਡੋ ਕੋਚ, ਕ੍ਰਿਕਟ ਕੋਚ ਅਤੇ ਖਿਡਾਰੀਆਂ ਨੇ ਅੱਜ ਦੀ ਖੁਸ਼ੀ ਨੂੰ ਮੀਡੀਆ ਨਾਲ ਜ਼ਾਹਿਰ ਕੀਤਾ। ਦੇਖੋ ਇਨਸਾਫ TV 'ਤੇ ਪੂਰੀ ਖਬਰ। ਜਿੱਦਾਂ ਕਿ ਆਪ ਜੀ ਨੂੰ ਪਤਾ ਹੈ ਕਿ ਆਪਣਾ ਜਿਹੜਾ ਜ਼ਿਲ੍ਹਾ ਹੈ ਕੁਛ ਇੱਕ ਸਪੋਰਟਸ ਐਕਸੈਪਸ਼ਨਲੀ ਬਹੁਤ ਵਧੀਆ ਕਰਦਾ, ਜਿੱਦਾਂ ਜੂਡੋ 'ਚ ਆਪਣੇ ਬੱਚਿਆਂ ਦਾ ਪਰਫੋਰਮੈਂਸ ਬਹੁਤ ਵਧੀਆ ਰਹਿੰਦੀ ਹੈ। ਇਸ ਤੋਂ ਇਲਾਵਾ ਜਿਮਨਾਸਟਿਕ ਵੀ ਆਪਣੇ ਇੱਥੇ ਦਾ ਫੇਮਸ ਹੈ। ਬਟ ਬੜੇ ਮਾਣ ਦੀ ਗੱਲ ਹੈ ਕਿ ਜਿੱਦਾਂ ਆਪਣੀ ਇੱਕ SD ਕਾਲਜ ਦੀ ਜਿਹੜੀ ਗਰਲਸ ਦੀ ਟੀਮ ਸੀਗੀ ਉਹਨਾਂ ਨੇ ਡ੍ਰੀਮ ਸਿਟੀ ਜਿੱਤਿਆ। ਇਸ ਤੋਂ ਇਲਾਵਾ ਆਪਣੇ ਇੱਥੋਂ ਤੋਂ BCCI ਦਾ ਵੀ ਬੱਚਾ ਜਿਹੜਾ ਹੈਗਾ ਉਹ ਵੀ ਮਾਰਸ਼ਲ ਆਪਣੇ ਨਿਕਲਿਆ ਇੱਥੋਂ ਤੋਂ। ਜੂਡੋ ਦੇ 3 ਬੱਚੇ ਜਿਨ੍ਹਾਂ ਨੇ ਕਾਮਨਵੈਲਥ 'ਚ ਅੱਛੀ ਪਰਫੋਰਮੈਂਸ ਕੀਤੀ ਹੈ ਔਰ ਬਾਕੀ ਜੂਨੀਅਰ ਨੈਸ਼ਨਲ ਅਤੇ ਇੰਟਰਨੈਸ਼ਨਲ 'ਤੇ ਅੱਛੀ ਪਰਫੋਰਮੈਂਸ ਕੀਤੀ ਹੈ, ਉਹਨਾਂ ਨੂੰ ਵੀ ਆਪਾਂ ਇੱਥੇ ਆ ਸਨਮਾਨਿਤ ਕੀਤਾ ਹੈ। ਜਿਹੜਾ ਆਈਡੀਆ ਹੈਗਾ ਉਹ ਹੈਗਾ ਕਿ ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਜੋ ਥੋੜ੍ਹਾ ਸਾ ਇਨਡੋਰ ਜ਼ਿਆਦਾ ਰਹਿੰਦੀ ਹੈ, ਉਹਨਾਂ ਨੂੰ ਮੈਸੇਜ ਦੇਣ ਲਈ ਅਤੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਕੋਈ ਖੁਸ਼ੀ ਨਹੀਂ। ਐਬਸੋਲਿਊਟਲੀ, ਜਿੱਦਾਂ ਮੈਂ ਤੁਹਾਨੂੰ ਦੱਸਿਆ SD ਕਾਲਜ ਦੀ ਬੱਚੀ ਜਿਹੜੀ ਹੈਗੀ ਉਹਦੇ 'ਚ ਇੱਕ ਬੱਚੀ ਤੋਂ ਵੀ ਇੰਟਰ ਯੂਨੀਵਰਸਿਟੀ ਉਹ ਨੈਸ਼ਨਲ ਲੈਵਲ 'ਤੇ ਵੀ ਖੇਡ ਕੇ ਆਈ ਹੈ। ਇਸ ਤੋਂ ਇਲਾਵਾ ਵੀ ਆਪਾਂ ਇਹਨਾਂ ਨੂੰ ਰਿਕੁਐਸਟ ਕੀਤੀ ਹੈ, 5 ਬੱਚਿਆਂ ਜੂਡੋ ਦੀ ਵੀ ਮੈਨੂੰ ਪਤਾ ਲੱਗਿਆ ਹੈ ਕਿ ਉਹਨਾਂ ਨੇ ਚੰਗੀ ਪਰਫੋਰਮੈਂਸ ਲਈ ਹੈ। ਤੋ ਆਪਾਂ ਇੱਕ ਗਰਲਸ ਜਿਹੜੇ ਸਪੋਰਟਸ ਪਰਸਨ ਨੇ ਉਹਨਾਂ ਦਾ ਇੱਕ ਵੱਖਰੇ ਤੌਰ 'ਤੇ ਫੰਕਸ਼ਨ ਕਰਕੇ ਉਹਨਾਂ ਨੂੰ ਵੀ ਆਪਾਂ ਸਨਮਾਨਿਤ ਕਰਾਂਗੇ। ਇਹਨਾਂ ਦੇ ਨਾਲ ਅਸੀਂ 2-3 ਫੰਕਸ਼ਨ ਪਹਿਲੇ ਵੀ ਕਰ ਚੁੱਕੇ, ਕਾਫੀ ਐਕਟਿਵ ਇਹਨਾਂ ਨੇ ਨਾ ਕੇਵਲ ਸਪੋਰਟਸ ਵਾਲੇ ਤੋਂ ਇਲਾਵਾ ਇਹਨਾਂ ਫੋਰੈਸਟੇਸ਼ਨ ਪੇੜ ਲਗਾਉਣ ਦੀ ਮੁਹਿੰਮ ਹੈ ਉੱਥੇ ਵੀ ਇਹਨਾਂ ਨੇ ਕਾਫੀ ਚੰਗਾ ਕੰਮ ਕੀਤਾ, ਕਾਫੀ ਐਕਟਿਵ। ਮੇਰੀ ਇਹਨਾਂ ਨੂੰ ਬਹੁਤ ਬਹੁਤ ਵਧਾਈ ਅਤੇ ਅੱਗੇ ਦੇ ਲਈ ਬੈਸਟ। ਜੈ ਹਿੰਦ ਸੇਵਾ ਕਲੱਬ ਹਰ ਸਾਲ ਵੱਖ ਵੱਖ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵੱਖ ਵੱਖ ਖਿਡਾਰੀਆਂ ਨੂੰ ਸਨਮਾਨਿਤ ਕਰਦੀ ਹੈ। ਇਸ ਸਾਲ ਵੀ ਜੈ ਹਿੰਦ ਸਪੋਰਟਸ ਅਵਾਰਡ 2019 ਦੇ ਤਹਿਤ ਵੱਖ ਵੱਖ ਖਿਡਾਰੀਆਂ ਨੂੰ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਕੋਲ ਸਨਮਾਨਿਤ ਕੀਤਾ ਹੈ। ਖੇਡਾਂ ਦੇ ਨਾਲ ਬੱਚੇ ਜਿੱਥੇ ਤੰਦਰੁਸਤ ਰਹਿੰਦੇ ਆ ਉੱਥੇ ਨਸ਼ਿਆਂ ਤੋਂ ਦੂਰ ਹੁੰਦੇ ਹਨ, ਆਪਣੇ ਮਾਤਾ ਪਿਤਾ
ਸ਼ਹਿਰ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਜੈ ਹਿੰਦ ਸੇਵਾ ਕਲੱਬ ਪਿਛਲੇ 10-15 ਸਾਲਾਂ ਤੋਂ ਸਮਾਜਿਕ ਖੇਤਰ ਅਤੇ ਖੇਡਾਂ ਦੇ ਖੇਤਰ ਅੰਦਰ ਕੰਮ ਕਰ ਰਹੀ ਹੈ। ਅੱਜ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੇ ਕਲੱਬ ਦੇ ਅਵਾਰਡ ਦੇ ਤਹਿਤ ਵੱਖ ਵੱਖ ਖਿਡਾਰੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨਾਲ ਖਿਡਾਰੀਆਂ ਦਾ ਮਨੋਬਲ ਕਾਫ਼ੀ ਉੱਚਾ ਹੋਇਆ। ਕਲੱਬ ਦਾ ਇਹ ਉਪਰਾਲਾ ਲਗਾਤਾਰ ਜਾਰੀ ਰਹੇਗਾ। ਜਿੱਥੇ ਪੜ੍ਹਾਈ ਦਿਮਾਗੀ ਕਸਰਤ ਰਾਹੀਂ ਹੁੰਦੀ ਹੈ, ਉੱਥੇ ਖੇਡਾਂ ਸਰੀਰਕ ਕਸਰਤ ਰਾਹੀਂ ਹੁੰਦੀਆਂ ਹਨ। ਖੇਡਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਦੀਆਂ ਅਤੇ ਤੰਦਰੁਸਤ ਸਮਾਜ ਦਾ ਨਿਰਮਾਣ ਕਰਦੀਆਂ ਹਨ। ਲਗਭਗ 21 ਸਾਲ ਤੋਂ ਪਹਿਲਾਂ ਅਸੀਂ ਸ਼ਹੀਦ ਭਗਤ ਸਿੰਘ ਸੱਭਿਆਚਾਰਕ ਮੰਚ ਕਲਾਨੌਰ ਨਾਲ ਜੁੜੇ ਹੋਏ ਸੀ ਅਤੇ ਸਮਾਜਿਕ ਸੇਵਾ ਅੰਦਰ ਕੰਮ ਕਰਦੇ ਸੀ। ਉਸ ਤੋਂ ਬਾਅਦ ਅਸੀਂ ਗੁਰਦਾਸਪੁਰ ਵਿੱਚ ਆਉਣ ਤੋਂ ਬਾਅਦ ਆਪਣਾ ਕਲੱਬ ਦਾ ਨਿਰਮਾਣ ਕੀਤਾ ਅਤੇ 15-20 ਸਾਲਾਂ ਦੇ ਸਮਾਜਿਕ ਖੇਤਰ ਵਿੱਚ ਅਸੀਂ ਲਗਾਤਾਰ ਹਰ ਖੇਤਰ, ਸਿੱਖਿਆ, ਹੈਲਥ, ਇਨਵਾਇਰਮੈਂਟ, ਦੇਸ਼ ਭਗਤੀ, ਸਪੋਰਟਸ, ਹਰ ਖੇਤਰ 'ਚ ਕਲੱਬ ਜਿਹੜਾ ਵਧੀਆ ਉਪਰਾਲੇ। ਅੱਜ ਕੱਲ੍ਹ ਅੱਜ ਅਸੀਂ ਜਿਹੜੇ ਨੈਸ਼ਨਲ ਲੈਵਲ 'ਤੇ ਪਰਫੋਰਮੈਂਸ ਕਰ ਚੁੱਕੇ 4 ਇੰਡੀਵਿਜੁਅਲ ਬੱਚੇ ਨੇ। ਇੱਕ ਟੀਮ ਹੈ ਜੋ ਯੂਨੀਵਰਸਿਟੀ 'ਚ ਫਸਟ ਪੁਜੀਸ਼ਨ ਆਈ ਆ ਵਾਲੀਬਾਲ ਦੀ। ਉਹਨਾਂ ਬੱਚਿਆਂ ਨੂੰ ਅਸੀਂ ਲਗਭਗ ਹਰ ਬੱਚੇ ਨੂੰ ਜਿਹੜੀ ਆ ਓਨਰ ਕੀਤਾ ਅਤੇ 30,000 ਤੋਂ ਵੱਧ ਜਿਹੜੀ ਅਸੀਂ ਪ੍ਰਾਈਜ਼ ਮਨੀ ਬੱਚਿਆਂ ਨੂੰ ਵੰਡੀ ਹੈ ਅੱਜ। ਇਹ ਗੱਲ ਬੜੇ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਗੁਰਦਾਸਪੁਰ 'ਚ ਇਹੋ ਜਿਹੀਆਂ ਵੀ ਕੋਈ ਸਪੋਰਟਸ ਕਲੱਬਾਂ ਹੈਗੀਆਂ ਨੇ ਜਿਹੜੀਆਂ ਗਰਾਊਂਡ ਲੈਵਲ 'ਤੇ ਕੰਮ ਕਰ ਰਹੀਆਂ ਨੇ, ਕਿਉਂਕਿ ਅੱਜ ਲੰਗਰ ਬਹੁਤ ਸਾਰੇ ਲਾ ਸਕਦੇ ਨੇ, ਜਗਰਾਤੇ ਕਰਾ ਸਕਦੇ ਨੇ, ਜਾਂ ਕੋਈ ਇੱਧਰ ਉੱਧਰ ਦਾ ਕੰਮ ਕਰ ਸਕਦੇ ਨੇ, ਪਰ ਜਿਹੜਾ ਬੇਸਿਕ ਕੰਮ ਹੈ, ਜਿਹੜਾ ਦੇਸ਼ ਨੂੰ ਲੋੜ ਹੈ, ਨੌਜਵਾਨਾਂ ਨੂੰ ਲੋੜ ਹੈ ਜਿਸ ਚੀਜ਼ ਦੀ, ਉਹਨੂੰ ਪ੍ਰਮੋਟ ਕਰਨ ਲਈ, ਉਹ ਕੰਮ ਜੈ ਹਿੰਦ ਸੇਵਾ ਕਲੱਬ ਦੇ ਹਿੱਸੇ ਆਏ ਆ। ਇਹਨਾਂ ਨੇ ਇੱਕ ਗਰਾਊਂਡ ਰਿਐਲਿਟੀ 'ਤੇ ਲੈ ਕੇ ਆਏ ਨੇ, ਕਿਉਂਕਿ ਅੱਜ ਦੇਸ਼ ਨੂੰ ਬਹੁਤ ਵੱਡੇ ਚੈਲੰਜ ਨੇ। ਚੈਲੰਜ ਨੇ ਨਸ਼ਿਆਂ ਤੋਂ, ਚੈਲੰਜ ਨੇ ਗੈਂਗਸਟਰ ਤੋਂ, ਚੈਲੰਜ ਨੇ ਉਹਨਾਂ ਨੂੰ ਜਿਹੜਾ ਵਿਦੇਸ਼ਾਂ ਨੂੰ ਨੌਜਵਾਨ ਭੱਜ ਰਹੇ ਨੇ, ਜਾਂ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ, ਉਹਨੂੰ ਕੱਢਣ ਲਈ ਜੈ ਹਿੰਦ ਸੇਵਾ ਕਲੱਬ ਨੇ ਜਿਹੜਾ ਇਹ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਜਿਹੜੇ ਇੰਟਰਨੈਸ਼ਨਲ ਨੈਸ਼ਨਲ ਪਲੇਅਰ ਨੇ ਉਹਨਾਂ ਨੂੰ ਇੱਥੇ ਸੱਦ ਕੇ ਡਿਪਟੀ ਕਮਿਸ਼ਨਰ ਸਾਹਿਬ ਤੋਂ ਸਨਮਾਨਿਤ ਕਰਾਇਆ। ਉਹਦੇ ਨਾਲ ਇਹਨਾਂ ਦੇ ਮਨ ਦੇ ਵਿੱਚ ਇੱਕ ਮਨੋਬਲ ਇਹਨਾਂ ਦਾ ਉੱਚਾ ਹੋਏਗਾ, ਅਤੇ ਨਾਲ ਇਹ ਵੀ ਹੋਏਗਾ ਕਿ ਜਿਹੜੇ ਲੋਕ ਸਿਰਫ ਲੋਕਾਂ ਦਾ ਦਾਨ ਦਾ ਪੈਸੇ ਨੂੰ ਗਲਤ ਢੰਗ 'ਚ ਯੂਜ ਕਰ ਰਹੇ ਨੇ ਜਾਂ ਵੇਸਟ ਕਰ ਰਹੇ ਨੇ, ਮੇਰੇ ਮੁਤਾਬਕ ਉਹ ਇੱਕ ਠੋਸ ਕੰਮ 'ਤੇ ਜਿਹੜਾ ਉਹ ਲੱਗੇਗਾ, ਜਿਹਦੇ ਨਾਲ ਮੈਂ ਅੱਜ ਪਲੇਅਰ ਨੂੰ ਲੋੜ ਹੈ ਡਾਇਟ ਦੀ, ਅੱਜ ਪਲੇਅਰ ਨੂੰ ਲੋੜ ਹੈ ਵਰਦੀਆਂ ਦੀ, ਅੱਜ ਪਲੇਅਰ ਨੂੰ ਲੋੜ ਹੈ ਟ੍ਰੇਨਿੰਗ ਦੀ। ਜਿਹੜਾ ਇਹਨਾਂ ਨੇ ਆਪਣੇ ਤਿਲ ਫੁੱਲ ਜੋ ਇਕੱਠੇ ਕੀਤੇ ਨੇ ਉਹ ਚੰਗੇ ਖਿਡਾਰੀਆਂ ਨੂੰ ਦਿੱਤੇ ਨੇ। ਜੇ ਇੱਥੋਂ ਦਾ ਬੱਚਾ ਕ੍ਰਿਕਟ ਦਾ ਨੈਸ਼ਨਲ ਲੈਵਲ 'ਤੇ ਜਾਂਦਾ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਆ। ਜੂਡੋ ਦੇ ਖੇਤਰ ਹੈ, ਵਾਲੀਬਾਲ ਦਾ ਤਾਂ ਮੈਂ ਜੇ ਕਹਾਂ ਕਿ ਅੱਜ ਜੋ ਇਹ ਦੀਵਾ ਮੇਰੇ ਸਾਥੀ ਲਾ ਰਹੇ ਨੇ, ST ਕਾਲਜ ਵਾਲੇ ਜਾਂ ਕੋਚ ਸਾਹਿਬ ਲਾ ਰਹੇ ਨੇ, ਇਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ, ਕਿਉਂਕਿ ਮੈਨੂੰ ਦੁੱਖ ਲੱਗਦਾ ਕਿ ਵਾਲੀਬਾਲ ਕਿਸੇ ਸਮੇਂ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਪਨੀਰੀ ਸੀ ਉਹ ਗੁਰਦਾਸਪੁਰ ਸੀ, ਅਤੇ ਅੱਜ ਜਿਹੜੀ ਵਾਲੀਬਾਲ ਦੀ ਗਰਾਊਂਡ ਹੈ ਉਹ ਗਰਾਊਂਡ ਜਿਹੜੀ ਇਸ ਟਾਈਮ ਨਹਿਰੂ ਪਾਰਕ ਦੇ ਵਿੱਚ ਹੈ, ਜੇ ਉਹ ਅੱਜ ਖਾਲੀ ਪਈ ਆ ਤਾਂ ਇਹ ਸਾਨੂੰ ਰੋਣਾ ਆਉਂਦਾ। ਤਾਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਇਸ ਸਮਾਗਮ ਦੇ ਰਾਹੀਂ, ਜਿਨ੍ਹਾਂ ਨੇ ਉਹ ਜਿਹੜੀ ਜੋਤ ਪੁਰਾਣੇ ਸਾਡੇ ਪਲੇਅਰਾਂ ਨੇ, ਪੁਰਾਣੇ ਕੋਚਿਸ ਨੇ ਲਾਈ ਸੀ, ਉਹ ਜੋਤ ਨੂੰ ਇਹ ਜਗਾ ਕੇ ਰੱਖੇ ਨੇ। ਮੈਂ ਆਪਣੇ ਵੱਲੋਂ ਅਤੇ ਸਾਰੇ ਸਪੋਰਟਸਮੈਨ ਵੱਲੋਂ ਇਹਨਾਂ ਨੂੰ ਇਸ ਗੱਲ ਦੀ ਲੜਕੀਆਂ ਨੂੰ ਵਧਾਈ ਦਿੰਦਾ ਕਿ ਤੁਸੀਂ ਸਾਡਾ ਭਵਿੱਖ ਹੋ ਜਿਨ੍ਹਾਂ ਨੇ ਵਾਲੀਬਾਲ ਨੂੰ ਜਿਉਂਦਾ ਰੱਖਿਆ। ਮੈਂ ਪ੍ਰੇਮਨਾਥ ਸ਼ਰਮਾ, ਰਿਟਾਇਰਡ ਪ੍ਰਿੰਸੀਪਲ। ਅੱਜ ਜੋ ਫੰਕਸ਼ਨ ਜੈ ਹਿੰਦ ਸੇਵਾ ਕਲੱਬ ਨੇ ਕਰਾਇਆ ਇਹ ਪਿਛਲੇ ਲਗਭਗ 10 ਸਾਲ ਤੋਂ
ਸਮਾਜ ਸੇਵਾ ਦੇ ਕੰਮਾਂ ਵਿੱਚ ਇਹ ਕਲੱਬ ਰੁੱਝੀ ਹੋਈ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਵੈਲਫੇਅਰ ਸਕੀਮਸ ਆਉਂਦੀਆਂ, ਭਾਵੇਂ ਉਹ ਬੇਟੀ ਬਚਾਓ ਬੇਟੀ ਪੜ੍ਹਾਓ, ਵਧੇਰੇ ਰੁੱਖ ਲਗਾਓ ਵਰਗੀਆਂ ਜਿਹੜੀਆਂ ਮੁਹਿੰਮ ਚਲਾਈ ਜਾ ਰਹੀ ਹੈ ਦੋਵਾਂ ਸਰਕਾਰਾਂ ਵੱਲੋਂ, ਉਹਨਾਂ ਨੂੰ ਪੂਰੇ ਜ਼ੋਰ ਨਾਲ ਪੂਰੀ ਹਿੰਮਤ ਨਾਲ ਇਹ ਸਕੀਮਾਂ ਲਾਗੂ ਕਰ ਰਹੀ ਹੈ। ਮੈਂ ਇਹਨਾਂ ਨੂੰ ਹੋਰ ਇਹ ਬੇਨਤੀ ਕਰਦਾ ਕਿ ਉਹ ਭਵਿੱਖ ਵਿੱਚ ਵੀ ਇਹ ਆਪਣੇ ਕੰਮ ਜਾਰੀ ਰੱਖਣ ਸਮਾਜ ਸੇਵਾ ਕੰਮ। ਅੱਜ ਦਾ ਜਿਹੜਾ ਫੰਕਸ਼ਨ ਹੈ ਉਹ ਉਡੀਸਾ ਮੰਤਰੀ ਦੀ ਪ੍ਰਧਾਨਗੀ ਕੀਤੀ ਹੈ, ਬੱਚਿਆਂ ਨੂੰ ਹੋਣਹਾਰ ਵਿਦਿਆਰਥੀ ਨੂੰ ਇਨਾਮ ਵੰਡੇ ਆ, ਇਹ ਬੜਾ ਵੱਡਾ ਉਪਰਾਲਾ ਹੈ। ਅਸੀਂ ਇਹਨਾਂ ਨੂੰ ਫਿਰ ਪ੍ਰਧਾਨ ਜੀ ਨੂੰ ਕਾਲੀਆ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਫਿਰ ਦਿਨ ਦੁਨੀ ਰਾਤ ਚੌਗੁਣੀ ਆਪਣੇ ਕਲੱਬ ਨੂੰ ਉੱਚਾ ਲੈ ਕੇ ਜਾਣ ਦਿੱਤਿਆ। ਮੈਂ ਵਿਜੇ ਮਰਚੈਂਟ ਟਰੋਫੀ ਖੇਲ ਕੇ ਆਇਆ ਵਾਂ, ਉੱਥੇ ਵਧੀਆ ਪਰਫੋਰਮੈਂਸ ਰਹੀ ਹੈ ਅਤੇ ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਵੱਲੋਂ ਖੇਲਦਾ, ਅਤੇ ਥੈਂਕ ਯੂ ਫੋਰ ਡਿਪਟੀ ਕਮਿਸ਼ਨਰ ਸਰ ਜਿਨ੍ਹਾਂ ਨੇ ਸਨਮਾਨਿਤ ਕੀਤਾ ਅੱਜ, ਮੇਰੇ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਅੱਗੇ ਵੀ ਆਪਾਂ ਇਹਨਾਂ ਨੂੰ ਪਰਫੋਰਮੈਂਸ ਕਰਕੇ ਦੇਵਾਂਗੇ, ਅੱਗੇ ਜਾ ਕੇ ਦੱਸਾਂ ਦਿਖਾਵਾਂਗੇ ਸਰ ਵਧੀਆ ਪਰਫੋਰਮੈਂਸ ਕਰਕੇ ਦੇਵਾਂਗੇ। ਗੁਰਦਾਸਪੁਰ ਐਸੋਸੀਏਸ਼ਨ ਨੇ ਵੀ ਬਹੁਤ ਸਪੋਰਟ ਕੀਤਾ ਵਾ, ਉਹਨਾਂ ਦਾ ਵੀ ਥੈਂਕਸ ਕਰਨਾ ਚਾਹਾਂਗਾ, ਅਤੇ ਪਿੱਛੋਂ ਸਰ ਦਾ ਵੀ ਸਾਡਾ ਬੜਾ ਸਪੋਰਟ ਸੀ ਸਰ, ਇਸ ਲਈ ਥੈਂਕ ਯੂ ਸਰ। ਮਾਰਸ਼ਲ ਸਰ ਤੋਂ ਉਹਨਾਂ ਨੇ ਬਹੁਤ ਸਪੋਰਟ ਕੀਤਾ ਮੈਨੂੰ, ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ। ਹੁਣ ਇਹ ਮੈਂ ਕਿ ਅੰਡਰ 19 ਖੇਲਾਂ ਪਹਿਲੇ, ਅਤੇ ਫਿਰ ਜੈਟ ਸੇ ਲਾਵਾਂ ਐਨ ਸੇ ਲਾਵਾਂ ਉਹਨਾਂ ਆਪਾਂ 4 ਮੈਚਾਂ 'ਚ 18 ਵਿਕਟਾਂ ਦਿੱਤੀਆਂ। ਅਤੇ ਮੇਰਾ ਨਾਮ ਪਲਵੀ ਰਾਜਪੂਤ ਹੈ ਅਤੇ ਸਾਡੇ ਕੋਚ ਸਾਹਿਬ ਦਾ ਨਾਮ ਪੁਰਸ਼ੋਤਮ ਲਾਲ ਹੈ। ਅਸੀਂ ਐਸ ਡੀ ਕੋਲੇਜ ਦੁਆਰਾ ਵੱਲੋਂ ਖੇਡੇ ਗਏ ਹਾਂ। ਸਾਡਾ 26-27 ਨੂੰ ਨਵੰਬਰ ਨੂੰ ਟੂਰਨਾਮੈਂਟ ਹੋਇਆ ਹੈ ਇੰਟਰ ਕੋਲੇਜ ਯੂਨੀਵਰਸਿਟੀ, ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਇਆ ਹੈ। ਇਹਦੇ ਵਿੱਚ ਆਪਾਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹਨਾਂ ਨੇ ਸਾਨੂੰ ਸਨਮਾਨਿਤ ਕਰਕੇ ਸਾਨੂੰ ਬਹੁਤ ਹੀ ਪ੍ਰੋਤਸਾਹਨ ਕੀਤਾ ਹੈ, ਜਾਂ ਤਾਂ ਕਿ ਅਸੀਂ ਹੋਰ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਖੇਡ ਸਕੀਏ। ਸਰ ਮੇਰਾ ਨਾਮ ਅਮਨਦੀਪ ਕੌਰ ਹੈ। ਸਰ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਨੂੰ ਅੱਜ ਸਨਮਾਨਿਤ ਕੀਤਾ ਗਿਆ। ਅਸੀਂ ਇਸੇ ਤਰ੍ਹਾਂ ਹੀ ਤਰੱਕੀਆਂ ਬਖਸ਼ਦੇ ਰਹੀਏ ਅਤੇ ਅੱਗੇ ਗਾਂਹ ਵੱਧਦੇ ਰਹੀਏ। ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਪ੍ਰਾਈਜ਼ ਲੈ ਕੇ। ਸਰ 11 ਟੀਮਾਂ ਨਾਲ ਸਾਡਾ ਮੈਚ ਲੱਗਾ ਜਿੱਥੇ ਅਸੀਂ ਪਹਿਲਾ ਦਰਜਾ ਹਾਸਲ ਕੀਤਾ ਅਤੇ ਬਹੁਤ ਵਧੀਆ ਮਹਿਸੂਸ ਹੋਇਆ। ਸਰ ਵਾਲੀਬਾਲ ਸਾਡੀ ਟੀਮ ਸੀ ਗੇਮ। ਸਰ ਉੱਥੇ 11 ਟੀਮਾਂ ਸੀ ਅਤੇ 11 ਟੀਮਾਂ ਨਾਲ ਹੀ ਸਾਡਾ ਮੈਚ ਲੱਗਾ ਅਤੇ ਅਸੀਂ ਪਹਿਲਾ ਦਰਜਾ ਹਾਸਲ ਕੀਤਾ। ਮੇਰਾ ਨਾਮ ਸਾਗਰ ਸ਼ਰਮਾ ਹੈ। ਸਾਗਰ ਸ਼ਰਮਾ ਮੈਂ ਗੁਰਦਾਸਪੁਰ ਸ਼ਹੀਦ ਭਗਤ ਸਿੰਘ ਜੀ ਟੂ ਸੈਂਟਰ ਪ੍ਰੈਕਟਿਸ ਕਰਦਾ। ਬਹੁਤ ਖੁਸ਼ੀ ਹੋਈ ਜੀ ਅੱਜ ਇਹ ਸਨਮਾਨ ਮਿਲਿਆ ਜੈਸ ਹਿੰਦ ਸੇਵਾ ਕਲੱਬ ਵੱਲੋਂ, ਅਤੇ ਅਸੀਂ ਆਸ ਕਰਦੇ ਹਾਂ ਅੱਗੇ ਹੋਰ ਤਰੱਕੀ ਕਰਨੀ। ਬਹੁਤ ਵਧੀਆ ਜੀ ਸਨਮਾਨ ਕੀਤਾ ਗਿਆ। ਮੇਰਾ ਨਾਮ ਹਰਪ੍ਰੀਤ ਸਿੰਘ, ਮੈਂ ਸ਼ਹੀਦ ਜੁਡੋ ਸੈਂਟਰ ਪ੍ਰੈਕਟਿਸ ਕਰਦਾ ਜੀ। ਸਾਡੇ ਕੋਚ ਸਾਹਿਬ ਅਮਰਜੀਤ ਸ਼ਾਸਤਰੀ, ਰਵੀ ਕੋਚ ਸਾਹਿਬ ਅਤੇ ਅਤਲੂ ਭਾਈ ਸਾਨੂੰ ਪ੍ਰੈਕਟਿਸ ਕਰਵਾਉਂਦੇ ਨੇ, ਉਹਨਾਂ ਦਾ ਆਪਾਂ ਇਹਨਾਂ ਦੇ ਅੱਗੇ ਵੱਧ ਕੇ ਦੱਸਾਂਗੇ। ਸਾਨੂੰ ਜੈ ਹਿੰਦ ਸੇਵਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ ਹੈ। ਮੈਂ ਜੀ 1 ਦਸੰਬਰ ਤੋਂ ਲੈ ਕੇ 5 ਦਸੰਬਰ ਤੱਕ ਹੋਈ ਲਖਨਊ ਵਿੱਚ ਯੂਨੀ ਨੈਸ਼ਨਲ ਖੇਡ ਕੇ ਆਇਆ ਜੀ। ਮੇਰਾ ਬਰੋਂਸ ਮੈਡਲ ਆਇਆ ਜੀ, ਅਤੇ ਮੈਂ ਵਿਸ਼ਵਾਸ ਦਿਵਾਉਂਦਾ ਕਿ ਮੈਂ ਅੱਗੇ ਵੱਧ ਕੇ ਇਹਨਾਂ ਨੂੰ ਆਪਣੇ ਦੇਸ਼ ਦਾ ਨਾਂ ਰੋਸ਼ਨ